ਸੋ ਮੰਮੀ ਦੀ ਕਸਮ ਲੱਗੇ, ਮੰਮੀ ਦੀ ਕਸਮ ਲੱਗੇ, ਮੰਮੀ ਦੀ ਕਸਮ ਲੱਗੇ। ਆ 9ਵੀਂ 10ਵੀਂ ਦੇ ਜਵਾਕ ਦੇਖੋ ਹੋਲੀ ਮੌਕੇ ਕਿਵੇਂ ਹੁੱਲੜਬਾਜ਼ੀ ਕਰ ਰਹੇ ਨੇ। ਇੱਕ ਐਕਟਿਵਾ ਤੇ ਬੈਠ ਤਿੰਨ ਤਿੰਨ ਜਣੇ ਮੁਹੱਲੇ ਦੇ ਵਿੱਚ ਗੇੜੀਆਂ ਲਗਾ ਰਹੇ ਨੇ, ਹੁੱਲੜਬਾਜ਼ੀ ਕਰ ਰਹੇ ਨੇ, ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਹੁਣ ਰੋਕਿਆ ਗਿਆ ਹੈ। ਤਾਂ ਦੇਖੋ ਕਿਵੇਂ ਅੱਗੋਂ ਹਾੜੇ ਕੱਢ ਰਹੇ ਨੇ, ਕਹਿ ਰਹੇ ਨੇ ਕਿ ਮੰਮੀ ਦੀ ਸੌਂ ਸਿੱਧਾ ਹੁਣ ਘਰ ਜਾਵਾਂਗੇ, ਅੱਜ ਛੱਡ ਦਿਓ ਸਰ। ਸੋ ਮੰਮੀ ਦੀ ਕਸਮ ਲੱਗੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਨਾਭਾ ਦੀਆਂ, ਜਿੱਥੇ ਹੁੱਲੜਬਾਜ਼ੀ ਕਰਦੇ ਹੋਏ 9ਵੀਂ 10ਵੀਂ ਦੇ ਜਵਾਕ ਪੁਲਿਸ ਨੇ ਕਾਬੂ ਕੀਤੇ ਨੇ। ਪੁਲਿਸ ਨੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਇਹਨਾਂ ਦੇ ਮਾਂ ਬਾਪ, ਇਹਨਾਂ ਦੇ ਕੋਲ ਲਾਇਸੈਂਸ ਨਹੀਂ ਹੈ, ਕਿਵੇਂ ਇਹਨਾਂ ਨੂੰ ਐਕਟਿਵਾ ਦੇ ਸਕਦੇ ਨੇ, ਕਿਵੇਂ ਟੂ ਵੀਲਰ ਇਹਨਾਂ ਨੂੰ ਦੇ ਦਿੰਦੇ ਨੇ। ਜੇਕਰ ਕੋਈ ਵੱਡਾ ਹਾਦਸਾ ਹੋ ਜਾਏ ਤਾਂ ਗਲਤੀ ਪ੍ਰਸ਼ਾਸਨ ਦੀ ਕੱਢੀ ਜਾਂਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਾਨੂੰਨ ਨਹੀਂ ਸੁਧਾਰੇ ਗਏ, ਇਹਨਾਂ ਨੂੰ ਕਾਨੂੰਨ ਫੋਲੋ ਕਰਨ ਦੇ ਲਈ ਨਹੀਂ ਆਖਿਆ ਗਿਆ। ਪਰ ਹਰੇਕ ਬੱਚਾ ਆਪਣੇ ਘਰੋਂ ਚੀਜ਼ਾਂ ਸਿੱਖਦਾ ਹੈ। ਜੇਕਰ ਮਾਂ ਬਾਪ, ਹੋਲੀ ਹੋਵੇ ਭਾਵੇਂ ਹੋਰ ਕੋਈ ਤਿਉਹਾਰ ਹੋਣ, ਨਿੱਕੇ ਨਿੱਕੇ ਬੱਚਿਆਂ ਨੂੰ ਇਹ ਟੂ ਵੀਲਰ ਨਾ ਦੇਣ, ਕਿਉਂਕਿ ਹਾਦਸੇ ਵਾਪਰ ਸਕਦੇ ਨੇ, ਤੁਹਾਡੇ ਬੱਚੇ ਦੀ ਵੀ ਜਾਨ ਜਾ ਸਕਦੀ ਹੈ ਅਤੇ ਕਿਸੇ ਹੋਰ ਦੇ ਬੱਚੇ ਦੀ ਵੀ ਜਾਨ ਦੇ ਲਾਲੇ ਪੈ ਸਕਦੇ ਨੇ। ਤਾਂ ਤਸਵੀਰਾਂ ਨਾਭਾ ਦੀਆਂ, ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਤਿਉਹਾਰ ਮੌਕੇ ਸਪੈਸ਼ਲ ਨਾਕਾ ਲਗਾਇਆ ਗਿਆ, ਹੁੱਲੜਬਾਜ਼ ਨੌਜਵਾਨਾਂ ਦਾ ਚਲਾਨ ਕੱਟਿਆ ਗਿਆ। ਨੌਜਵਾਨਾਂ ਵੱਲੋਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ, ਉੱਥੇ ਹੀ ਮੂੰਹ ਦੇ ਉੱਤੇ ਮੁਕਟ ਲਾ ਕੇ ਹੋਲੀ ਖੇਡਦੇ ਹੋਏ ਨਜ਼ਰ ਆਏ। ਮੂੰਹ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਮਾਸਕ ਪਹਿਨ ਕੇ ਇਹ ਨਿੱਕੇ ਨਿੱਕੇ ਨਿਆਣੇ ਗਲੀ ਮੁਹੱਲਿਆਂ ਦੇ ਵਿੱਚ ਗੇੜੀਆਂ ਲਾ ਰਹੇ ਨੇ। ਇਸ ਮੌਕੇ ਨਾਬਾਲਿਗ ਬੱਚਿਆਂ ਨੇ ਕਿਹਾ ਕਿ ਅਸੀਂ ਪਿਛਲੇ 1 ਘੰਟੇ ਤੋਂ ਮੋਟਰਸਾਈਕਲ 'ਤੇ ਹੋਲੀ ਖੇਡ ਰਹੇ ਹਾਂ ਅਤੇ ਸਾਨੂੰ ਪੁਲਿਸ ਨੇ ਘੇਰ ਲਿਆ, ਅਸੀਂ ਆਪਣੀ ਗਲਤੀ ਦਾ ਅਹਿਸਾਸ ਕਰਦੇ ਹਾਂ ਅਤੇ ਹੁਣ ਅੱਗੇ ਤੋਂ ਨਾ ਹੀ ਮੋਟਰਸਾਈਕਲ ਚਲਾਵਾਂਗੇ ਅਤੇ ਹੁਣ ਸਿੱਧਾ ਘਰ ਜਾਵਾਂਗੇ, ਅੱਜ ਸਾਨੂੰ ਛੱਡ ਦਿਓ। ਤਾਂ ਦੇਖੋ ਪੁਲਿਸ ਦੇ ਨਾਲ ਕੀ ਗੱਲਬਾਤ ਕਰ ਰਹੇ ਨੇ ਬੱਚੇ, ਕਿਵੇਂ ਹਾੜੇ ਕੱਢ ਰਹੇ ਨੇ ਗਲਤੀ ਕਰਨ ਤੋਂ ਬਾਅਦ, ਸੁਣਦੇ ਹਾਂ। ਸਰ ਅਪਲਾਈ ਪੇਪਰ ਭਰੇ ਹੋਏ ਨੇ। ਪੇਪਰ ਭਰੇ, ਲਾਇਸੈਂਸ ਹੈ ਤਾਂ ਨਹੀਂ ਸਰ? ਤੇ ਤੁਸੀਂ ਹੋਲੀ ਖੜੇ, ਤਿੰਨ ਤਿੰਨ ਬੈਠੇ ਹੋਗੇ? ਦੋ ਸੀਗੇ ਸਰ, ਆਪਾਂ ਦੋ ਸਰ ਨੂੰ ਪੁੱਛ ਲਓ ਚਾਹੇ। ਅੱਛਾ, ਦੋ ਸੀ, ਤੁਹਾਨੂੰ ਪਤਾ ਵੀ ਕਾਨੂੰਨ ਦੀ ਉਲੰਘਣਾ ਤਾਂ ਕਰ ਰਹੇ ਤੁਸੀਂ? ਹਾਂਜੀ ਸਰ। ਸਰ ਉਹਦੀ ਸੌਰੀ ਮੰਗਦੇ, ਹੁਣ ਅਸੀਂ ਸਿੱਧਾ ਘਰੀ ਵਗ ਜਾਂਦੇ ਹਾਂ। ਕਿੰਨੇ ਟਾਈਮ ਤੋਂ ਖੇਡ ਰਹੇ? ਝੂਠ ਬੋਲ ਰਿਹਾ, ਆਪਾਂ ਸਰ ਵੀ ਜਾਣਦੇ ਨੇ, ਆਪਾਂ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਲੈਣਾ। ਹੁੱਲੜਬਾਜ਼ੀ ਕਰ ਰਹੇ ਨੇ, ਚਲਾਨ ਕਰ ਰਹੇ ਦੇ ਤਿਉਹਾਰ ਨੂੰ ਮੰਦੇ ਨਜ਼ਰ ਰੱਖਦੇ, ਹੁੱਲੜਬਾਜ਼ੀ ਦੇ ਚਲਾਨ ਕਰ ਰਹੇ ਹਾਂ। ਤਿੰਨ ਤਿੰਨ ਬੈਠੇ ਫਿਰਦੇ ਨੇ, ਉਹਨੇ ਵੀ ਚਲਾਨ ਕਰ ਰਹੇ ਹਾਂ, ਬਿਨਾਂ ਨੰਬਰ ਤੋਂ ਵੋਲਟ ਪਟਾਕਿਆਂ ਵਾਲੇ ਸਾਰਿਆਂ ਦੇ ਚਲਾਨ ਕਰ ਰਹੇ ਹਾਂ। ਕਿੰਨੇ ਵੀ ਚਲਾਨ ਕਰ ਦਿੱਤੇ ਜੀ? ਚਲਾਨ 10-12 ਹੋ ਗਏ, ਬਾਕੀ ਅਸੀਂ ਕਰ ਰਹੇ ਹਾਂ ਜੀ। ਕੀ ਲੱਗਦਾ ਹੋਲੀ ਦੇ ਤਿਉਹਾਰ ਨੂੰ ਜ਼ਿਆਦਾ ਹੁੱਲੜਬਾਜ਼ ਬਾਹਰ ਨਿਕਲਦੇ ਨੇ ਅਤੇ ਰੰਗ ਵੀ ਪਾਉਂਦੇ ਨੇ, ਆਉਣ ਜਾਣ ਵਾਲੇ ਦੇ ਕਾਫੀ ਕੇਸ ਦੇਖਣ ਨੂੰ ਮਿਲਦੇ ਨੇ? ਜੇ ਰੰਗ ਹੈ ਜਿਹੜਾ ਕੈਮੀਕਲ ਆ, ਮਾੜਾ ਹੈ, ਵੈਸੇ ਪਾਉਣਾ ਨਹੀਂ ਚਾਹੀਦਾ। ਅਤੇ ਅਸੀਂ ਵੀ ਨਾਕੇ ਰੋਕ ਕੇ ਸਮਝਾ ਰਹੇ ਹਾਂ ਵੀ ਤੁਸੀਂ ਜਿਹੜਾ ਰੰਗ ਆ ਕਿਸੇ ਅੱਖਾਂ 'ਚ ਨਾ ਪਾਓ।